ਗੱਲ ਕੈਨੇਡਾ ਔਰ ਆਸਟ੍ਰੇਲੀਆ ਟੂਰਿਸਟ ਵੀਜ਼ਾ ਦੀ ਆਪਾਂ ਕਰਾਂਗੇ ਕਿਉਂਕਿ ਦੇਖੋ ਸਵਾਲ ਜਿੱਥੇ ਆਪਾਂ ਹਮੇਸ਼ਾ ਜ਼ਿਆਦਾਤਰ ਤਾਂ ਸਟੱਡੀ ਵੀਜ਼ਾ ਦੇ ਉੱਪਰ ਵੀਡੀਓਜ਼ ਬਣਾਉਂਦੇ ਆਂ ਲੇਕਿਨ ਜਿੱਥੇ ਸਵਾਲ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਆਂ ਕਿ ਜਿੰਨੇ ਵੀ ਸਵਾਲ ਸਾਡੇ ਕੋਲ ਆਉਂਦੇ ਆ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਸਹੀ ਗਾਈਡੈਂਸ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਗੱਲ ਜਦੋਂ ਟੂਰਿਸਟ ਵੀਜ਼ਾ ਦੀ ਆਂਦੀ ਹੈ ਗੱਲ ਕੈਨੇਡਾ ਔਰ ਆਸਟ੍ਰੇਲੀਆ ਦੋਹਾਂ ਕੰਟਰੀਜ਼ ਦੀ ਆਪਾਂ ਕਰਾਂਗੇ ਔਰ ਮਾਹਿਰ ਸਲਾਹ ਹੀ ਹਰ ਵਾਰੀ ਦੀ ਤਰ੍ਹਾਂ ਤੁਹਾਡੇ ਤੱਕ ਅਸੀਂ ਪਹੁੰਚ ਸਾਰੇ ਦਾ ਮੈਂ ਹਰਜੋਤ कौर ਔਰ ਕੈਨੇਡਾ ਟੂਰਿਸਟ ਵੀਜ਼ਾ ਔਰ ਆਸਟ੍ਰੇਲੀਆ ਟੂਰਿਸਟ ਵੀਜ਼ਾ ਨੂੰ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੁੱਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਜ਼ਰੂਰ ਮੈਂ ਚਾਹੂੰਗੀ ਕਿ ਜਿਵੇਂ ਕਿ ਹਮੇਸ਼ਾ ਤੁਸੀਂ ਸਟੱਡੀ ਵੀਜ਼ਾ ਨੂੰ ਲੈ ਕੇ ਤਾਂ ਗਾਈਡ ਕਰਦੇ ਹੀ ਉਹ ਸਟੂਡੈਂਟਸ ਨੂੰ ਪਰ ਜਿਵੇਂ ਕਿ ਨੈਵੀਗੇਟਰਸ ওভারਸੀਜ਼ ਹਮੇਸ਼ਾ ਕਈ ਕਈ ਆਪਸ਼ਨਸ ਵਿੱਚ ਕੰਮ ਕਰਦੀ ਹੈ ਸਟੱਡੀ ਵੀਜ਼ਾ ਤੇ ਵੀ ਕੰਮ ਕੀਤਾ ਜਾਂਦਾ ਟੂਰਿਸਟ ਵੀਜ਼ਾ ਤੇ ਵੀ ਕੰਮ ਕੀਤਾ ਜਾਂਦਾ ਤਾਂ ਜਿੰਨੇ ਦਰਸ਼ਕਾਂ ਦੇ ਸਵਾਲ ਨੇ ਟੂਰਿਸਟ ਵੀਜ਼ਾ ਨੂੰ ਲੈ ਕੇ ਕੈਨੇਡਾ ਔਰ ਆਸਟ੍ਰੇਲੀਆ ਦੇ ਤਾਂ ਮੈਂ ਜ਼ਰੂਰ ਚਾਹੂੰਗੀ ਮੈਮ ਜ਼ਰੂਰ ਥੋੜਾ ਪ੍ਰੋਸੈਸ ਨੂੰ ਲੈ ਕੇ ਦੱਸਿਆ ਜਾਏ ਔਰ ਕੀ ਸਮੇਂ ਦੇ ਨਾਲ ਨਾਲ ਕੈਨੇਡਾ ਟੂਰਿਸਟ ਵੀਜ਼ਾ ਜਾਂ ਆਸਟ੍ਰੇਲੀਆ ਜਿਹੜਾ ਟੂਰਿਸਟ ਵੀਜ਼ਾ ਹੈ ਇਸ ਦੇ ਵਿੱਚ ਵੀ ਕੋਈ ਉਤਰਾ ਚੜਾ ਦੇਖਿਆ ਜਾ ਪ੍ਰੋਸੈਸ ਸੋਖਾ ਬੰਨਿਆ ਜਾਏ ਜਾਂ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਇੱਥੇ ਬਹੁਤ ਜ਼ਰੂਰੀ ਹੈ ਹਰ ਜੋ ਦੇਖੋ ਟੂਰਿਸਟ ਵੀਜ਼ਾ ਬਹੁਤ ਇੰਪੋਰਟੈਂਟ ਹੈ ਜੀ ਠੀਕ ਹੈ ਹੁਣ ਜਿਹੜੇ ਸਟੂਡੈਂਟ ਸਾਡੇ ਥਰੂ ਜਾ ਰਹੇ ਉਹਨਾਂ ਦੇ ਪੇਰੈਂਟਸ ਵੀ ਜਾਣਾ ਚਾਹੁੰਦੇ ਆ ਸਟੂਡੈਂਟਸ ਨੂੰ ਮਿਲਣ ਜਾਂ ਫਿਰ ਉਹਨਾਂ ਦੇ ਜਿਹੜੇ ਫੈਮਿਲੀ ਫਰੈਂਡਸ ਹੈ ਜਾਂ ਉਹਨਾਂ ਦੇ ਆਂਟੀ ਅੰਕਲ ਹੈ ਉਹ ਸਾਰੇ ਹੀ ਕੋਈ ਨਾ ਕੋਈ ਐਕਸਪੋਜ਼ਰ ਚਾਹੁੰਦੇ ਆ ਬੱਚੇ ਭੇਜੇ ਤੇ ਨੇਚੁਰਲ ਉਹ ਦੇਖਣਾ ਚਾਹੁੰਦੇ ਕੰਟਰੀ ਕਿਹੋ ਜਿਹੀ ਤੇ ਹੁਣ ਤੁਸੀਂ ਦੇਖੋ ਟੂਰਿਸਟ ਵੀਜ਼ਾ ਦੀ ਆਪਣੀ ਰਿਕੁਆਇਰਮੈਂਟਸ ਹੁੰਦੀਆਂ ਜੀ ਹੁਣ ਟੂਰਿਸਟ ਵੀਜ਼ਾ ਕੀ ਆ ਉਹਨਾਂ ਦੀ ਕਾਨੂੰਨੀ ਨੂੰ ਪੈਸਾ ਦੇ ਰਿਆ ਉਹ ਚਾਹੇ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਯੂਰਪ ਹੋਵੇ ਕੋਈ ਮਰਜੀ ਕੰਟਰੀ ਹੋਵੇ ਉਹਨਾਂ ਦੀ ਪ੍ਰੋਸਪਰਿਟੀ ਹੁੰਦੀ ਹੈ ਤੁਸੀਂ ਦੇਖੋ ਕੈਨੇਡਾ ਨੇ ਟੂਰਿਸਟ ਵੀਜ਼ਾ 90% ਤੱਕ ਦਿੱਤਾ ਹੈ ਠੀਕ ਹੈ ਆਸਟ੍ਰੇਲੀਆ ਦਾ ਮੈਂ ਤੁਹਾਨੂੰ ਹੁਣੇ ਡਾਟਾ ਕੱਢ ਕੇ ਦੇ ਰਹੀਆਂ ਇਹਨਾਂ ਨੇ ਵੀ ਬਹੁਤ ਅੱਛਾ ਟੂਰਿਸਟ ਵੀਜ਼ਾ ਦਿੰਦਾ ਹੈ ਹੁਣ ਆਪਾਂ ਜੇ ਗੱਲ ਕਰੀਏ ਇਹਨਾਂ ਦੇ ਟੂਰਿਸਟ ਵੀਜ਼ੇ ਦੀ ਜੀ ਕਿ ਇੱਕ ਬਿਜ਼ਨਸ ਵੀਜ਼ਾ ਹੈ ਇੱਕ ਟੂਰਿਸਟ ਵੀਜ਼ਾ ਹੈ ਰਾਈਟ ਹੁਣ ਇਹਦਾ ਮੈਂ ਦੇਖੋ ਟਾਪ 3 ਕੰਟਰੀਜ਼ ਫਾਰ ਵਿਜ਼ਟਰ ਵੀਜ਼ਾ ਗ੍ਰਾਂਟਸ ਇਨ ਦਾ ਟੂਰਿਜ਼ਮ ਗਰੁੱਪ ਪਰ ਯੂਕੇ ਨੂੰ ਦਿੱਤਾ ਯੂਐਸ ਨੂੰ ਦਿੱਤਾ ਇੰਡੀਆ ਜੀ ਇੰਡੀਆ ਨੂੰ 70.8% 325565 ਐਪਲੀਕੇਸ਼ਨ ਲੱਗੀ ਆ ਜਿਹਦੇ ਵਿੱਚ 70% ਨੂੰ ਟੂਰਿਸਟ ਵੀਜ਼ਾ ਲੱਗ ਗਿਆ ਹੈਨਾ ਇਹਦੇ ਵਿੱਚ ਵੀ ਬਿਜ਼ਨਸ ਵੀਜ਼ਾ ਅਲੱਗ ਹੈ ਗ੍ਰਾਂਟ ਰੇਟ ਅਲੱਗ ਹੈ ਠੀਕ ਹੈ ਹੁਣ ਤੁਸੀਂ ਇਹ ਦੇਖੋ ਕਿ ਜੇ ਟੂਰਿਸਟ ਵੀਜ਼ਾ ਦੇ ਵਿੱਚ ਕੋਈ ਪੈਸਾ ਇਦਾਂ ਲੱਗਦਾ ਨਹੀਂ ਆ ਕੋਈ ਫੀਸਾਂ ਨਹੀਂ ਜਾਣੀ ਲੰਬੀ ਚੌੜੀ ਕਾਲਜ ਦੀ ਕੋਈ ਕੁਝ ਨਹੀਂ ਤੁਸੀਂ ਅੰਬੈਸੀ ਵੀਜ਼ ਦਿੰਨੀ ਆ ਕੰਸਲਟੈਂਟ ਦੀ ਕੋਈ ਛੋਟੀ ਮੋਟੀ ਫੀਸ ਨਹੀਂ ਆ ਉਹਦੇ ਵਿੱਚ ਜੇ 70 80% ਸਕਸੈਸ ਰੇਟ ਆ ਰਿਹਾ ਇਹ 100% ਵੀ ਹੋ ਸਕਦਾ ਹੁਣ ਪ੍ਰੋਬਲਮ ਕੀ ਹੁੰਦੀ ਹੈ ਕਈਆਂ ਦੀ ਇਨਕਮ ਬੜੀ ਵਧੀਆ ਨਹੀਂ ਹੁੰਦੀ ਆ ਜਾਂ ਪਿੱਛੇ ਦੀ ਕਮਿਟਮੈਂਟ ਅੰਬੈਸੀ ਦੇਖਦੀ ਬੜੀ ਵਧੀਆ ਨਹੀਂ ਆ ਫੇਰ ਨਹੀਂ ਲੱਗਦਾ ਜੇ ਕਮਿਟਮੈਂਟ ਸਮਝੋ ਕਿ ਮਦਰ ਤੇ ਬੇਟਾ ਜਾ ਰਹੇ ਆ ਉਹਨਾਂ ਦੇ ਫਾਦਰ ਬੱਚੇ ਦਾ ਇੱਥੇ ਹੈ। ਮਤਲਬ ਇੱਕ ਬੱਚਾ ਉੱਥੇ ਪੜ ਰਿਹਾ ਹੈ, ਇੱਕ ਬ੍ਰਦਰ ਜਾ ਰਿਹਾ ਮਿਲਨ, ਜਾਂ ਸਿਸਟਰ ਜਾ ਰਹੀ ਹੈ, ਮਦਰ ਜਾ ਰਹੀ ਹੈ, ਜਾਂ ਫਾਦਰ ਨਾਲ ਜਾ ਰਿਹਾ ਤਾਂ ਪਿੱਛੇ ਦੀ ਕਮਿਟਮੈਂਟ ਹੋ ਜਾਂਦੀ ਕਿ ਪਿੱਛੇ ਕੋਈ ਹੈ ਇਹਨਾਂ ਨੇ ਆਣਾ ਹੈ। ਜਾਂ ਇਹਨਾਂ ਦਾ ਜਿਹੜਾ ਕਿਸੇ ਦਾ ਸੈਟਲ ਬਿਜ਼ਨਸ ਬਹੁਤ ਅੱਛਾ, ਇਨਕਮ ਟੈਕਸ ਰਿਟਰਨ ਬਹੁਤ ਵਧੀਆ ਹੈ ਔਰ ਸੇਵਿੰਗਸ ਅੱਛੀਆਂ ਔਰ ਇਹਨਾਂ ਦੇ ਜਿਹੜੇ ਬਿਜ਼ਨਸ ਦੇ ਜਿੰਨੇ ਵੀ ਪ੍ਰੂਫ ਬਹੁਤ ਸੋਹਣੇ ਪ੍ਰੂਫ ਹੈ ਤੇ ਇਹਨਾਂ ਦਾ ਵੀਜ਼ਾ 100 1% ਆਣਾ ਹੀ ਆਣਾ ਹੈ। ਤੁਸੀਂ ਦੇਖੋ ਜੇ ਇਨਕਮ ਅੱਛੀ ਹੋਏਗੀ और सेविंग ठीक होगी आन द कमिटमेंट होएगा होर कर रहा है वो ठीक है या तोड़ी जी है अकोमोडेन एक अच्छी बुक हुई है तो कोई रीज़न नहीं कि थोड़ा तो टूरिस्ट वीजा रिजैक्ट हो जाए बस कुछ चीज़ा तुम ध्यान रखनी रखनिया जिदा मैं क्या कि इनकम अच्छी होनी चाहिए पिछली कुछ सेविंग क्योंकि कोई भी सर्विस कलास फैमिले मान लो ਉਹ ਛੋਟੇ ਛੋਟੇ ਇਨਕਮ ਆਪਣੀ ਸੇਵਿੰਗ ਕਰਦੀ ਰਹਦੀ ਹੈ ਇਹ bizness class ਹੈ ਤੇ ਉਹਨਾਂ ਨੇ ਆਪਣੇ current account 'ਚ ਰੱਖਿਆ ਹੋਇਆ ਹੈ ਉਹਨਾਂ ਨੇ ਕੁਝ saving account 'ਚ ਰੱਖਿਆ ਹੋਇਆ ਹੈ ਜਾਂ income tax return ਬਹੁਤ ਸੋਣੀ ਹੈ saving ਘਟ ਵੀ ਹੈ ਡਸਨਟ ਮੈਟਰ bizness income ਬਹੁਤ achi ਹੈ properties achi ਹੈ ਇਹ ਚੀਜ਼ਾਂ ਸਾਰੀ ਬਹੁਤ ਮੈਟਰ ਕਰਦੀਆਂ ਤੁਹਾਡੇ ਜਿਹੜੇ ਹੈ बिजनेस वीजा दे सॉरी टूरिस्ट वीजा बिजनेस वीजा भी एदाइन है सेम है टूरिस्ट वीजा मीनस वास्ते जा रहे हो बिजनेस वीजा मीनस कि तुम्हें उत्तर कोई कॉन्फ्रेंस है बिज़नेस की या इतने भी बिजनेस कर रहे हो उस कॉन्फ्रेंस वास्ते जा रहे हो ਤੇ ਉਹਦੇ ਉਹ بزਨਸ ਵੀਜ਼ਾ ਤੁਹਾਡਾ ਹੋ ਜਾਂਦਾ ਹੈ ਜਾਂ ਕੋਈ ਇਵੈਂਟ ਹੈ ਕਿਸੇ ਕਿਸੰਦਾ ਜਾਂ ਕੋਈ بزਨਸ ਦੀ ਤੁਹਾਡੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਉਹ ਸਾਰਾ بزਨਸ ਵੀਜ਼ਾ ਚ ਕਨਵਰਟ ਹੋ ਜਾਂਦਾ ਹੈ ਤੇ ਇਹ ਜਿਹੜੇ ਵੀਜ਼ਾ ਹੈ ਤੁਹਾਡੇ ਮਤਲਬ ਇਹਨਾਂ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਖਾਲੀ ਡਾਕੂਮੈਂਟ ਤੁਹਾਡੇ ਕੋਲ ਸਹੀ ਹੋਣੇ ਚਾਹੀਦੇ ਆ ਜੇ ਡਾਕੂਮੈਂਟ ਤੁਹਾਡੇ ਕੋਲ ਸਹੀ ਹੈ ਤੇ ਫਿਰ ਵੀਜ਼ਾ ਚ ਕੋਈ ਪ੍ਰੋਬਲਮ ਨਹੀਂ ਵਾਕਿ ਸਾਨੂੰ 27 ইয়ার্স ਹੋ ਗਏ ਇਸ ফিল ਚ ਕੰਮ ਕਰਦੇ ਅਸੀਂ ਤੁਹਾਨੂੰ ਹਰ ਟਾਈਮ 24/7 ਹੈਲਪ ਦੇ ਰਹੇ ਆ ਉਈ ਮੰਨ ਲਓ ਕਾਗਜ਼ ਤੁਹਾਨੂੰ ਨਹੀਂ ਨੌਲੇਜ ਹੈ ਸਾਡੀ ਟੀਮ ਤੁਹਾਨੂੰ ਗਾਈਡ ਕਰਦੀ ਹੈ ਇਨਕਮ ਕਈ ਵਾਰੀ ਕੀ ਹੈ ਇਨਕਮ ਬਹੁਤ ਸੋਣੀ ਹੈ ਬਟ ਇਹ ਇਨਕਮ ਟੈਕਸ ਰਿਟਰਨ ਨਹੀਂ ਅਪਲਾਈ ਕੀਤੀ ਹੋਈ ਜਾਂ ਬਿਜ਼ਨਸ ਹੈ ਐਮਐਸਐਮਈ ਦਾ ਸਰਟੀਫਿਕੇਟ ਨਹੀਂ ਲਿਆ ਹੋਇਆ ਜੀਐਸਟੀ ਇਹਨਾਂ ਨੇ ਅਪਲਾਈ ਨਹੀਂ ਕੀਤਾ ਹੋਇਆ ਤਾਂ ਕਈ ਚੀਜ਼ਾਂ ਜਿਹੜੀ ਸਾਡੀ ਐਕਸਪੀਰੀਅੰਸ ਟੀਮ ਜਿਹੜਾ ਇਹਨਾਂ ਦੀ ਹੈਲਪ ਕਰਦੀ ਹੈ ਉਸੇ ਵਾਸਤੇ ਅਸੀਂ ਕੰਸਲਟੈਂਸੀ ਵਾਸਤੇ ਆਇਆ ਨਾ ਦੀ ਗਾਈਡੈਂਸ ਵਾਸਤੇ ਸਾਡੀ ਟੀਮ ਹੈ ਜਿਹੜੀ ਇਹਨਾਂ ਨੂੰ ਪੂਰੀ ਹੈਲਪ ਕਰ ਰਹੀ ਹੈ ਕਿਸੇ ਵੀ ਹਿਸਾਬ ਤੋਂ जी जी बिल्कुल देखो इसलिए मैं जरूर कहना चाहूँगी कि कैनेडा टूरिस्ट वीज़ा और आस्ट्रेली टूरिस्ट वीज़ा को लैके कित भी कोई डाउट है क्योंकि बहुत चीज़ा टैक्निकली देखनिया पैदा एक्सपर्ट्स वालों तो इस इसलिए जरूर नैविगेट ओवरसीज टीम के कॉन्टैक्ट कर सकते हो नंबर लगातार डिस्प्ले है चाहो तो इस नंबर से कॉल कर लो या फिर नैविगेट ओवरसीज ऑफिस भी तुम विजिट कर ताकि डिटेल में सारी चीज़ा तुम जरूर समझ सको सो प्रोसैसन जरूर समझ सको बहुत बहुत थैंक्स मैम अज टूरिस्ट वीज़ा लैके भी बहुत ਖਾਸ ਗੱਲਾਂ ਸਮਝਾਈਆਂ ਨੇ ਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ